ਦੀਆਂ ਗੱਲਾਂ ਕਰਾਂਗਾ, ਮਾਂ ਨਾਲ ਗੱਲਾਂ ਕਰਾਂਗਾ ਤੇ ਮਾਂ ਬਾਰੇ ਗੱਲਾਂ ਕਰਾਂਗਾ। ਮਾਂ ਕਾਦਰ ਦੀ ਅਪਾਰ ਕਿਰਪਾ, ਮਾਂ ਠੰਡੀ ਮਿੱਠੀ ਛਾਂ, ਮੁਹੱਬਤ ਦਾ ਚਸ਼ਮਾ, ਦੁਆਵਾਂ ਤੇ ਅਸੀਸਾਂ ਦਾ ਸਮੁੰਦਰ, ਘਰ ਦੀ ਬੁਨਿਆਦ, ਸਾਰੀਆਂ ਬਰਕਤਾਂ ਦਾ ਸਰੋਤ, ਮਾਂ ਤੇਜਸਵੀ ਨਿੱਘ, ਮਾਂ ਮਖਮਲੀ ਗੋਦ ਦਾ ਸਦੀਵੀ ਧਰਵਾਸ, ਮਾਂ ਨੂਰ ਇਲਾਹੀ, ਮਾਂ ਹਰ ਪਲ ਹਰ ਘੜੀ ਦਾ ਸੱਚਾ ਸਾਥ, ਮਾਂ ਬਸ ਮਾਂ, ਨਹੀਂ ਇਸਦਾ ਕੋਈ ਬਦਲ, ਮਾਂ ਮੇਰੀ ਮਾਂ ਤੇ ਮਾਂ ਦੀ ਗੋਦ ਦੁਨੀਆਂ ਦਾ ਸਭ ਤੋਂ ਨਿੱਘਾ ਸਥਾਨ, ਮਾਂ ਜੀਵਨ ਦਾ ਪਹਿਲਾ ਸਕੂਲ ਤੇ ਜੋ ਇਸ ਸਕੂਲ ਤੋਂ ਸਿੱਖਿਆ ਜਾਂਦਾ ਉਹ ਸੰਸਕਾਰ ਬਣ ਜਾਂਦੇ ਨੇ, ਉਹ ਕਦਰਾਂ ਕੀਮਤਾਂ ਬਣ ਜਾਂਦੀਆਂ ਨੇ, ਉਹ ਜੀਵਨ ਜਾਚ ਬਣ ਜਾਂਦੀ ਹੈ ਤੇ ਉਹ ਸਲੀਕਾ ਤਰੀਕਾ ਬਣ ਜਾਂਦਾ ਹੈ। ਰੱਬ ਕਦੇ ਰੁੱਸ ਸਕਦਾ ਹੈ? ਮੈਨੂੰ ਲੱਗਦਾ ਰੱਬ ਕਦੇ ਰੁੱਸ ਸਕਦਾ ਹੈ, ਪਰ ਮਾਂ ਨਹੀਂ। ਮਾਂ ਰੱਬ ਦਾ ਰੂਪ ਨਹੀਂ, ਮਾਂ ਤਾਂ ਬਲਕਿ ਸਾਕਸ਼ਾਤ ਰੂਪ ਦੇ ਵਿੱਚ ਰੱਬ ਹੈ, ਹਾਜ਼ਰ ਨਾਜ਼ਰ ਰੱਬ, ਮਿਸ਼ਰੀ ਦੀ ਤਾਸੀਰ ਵਰਗੀ ਤੇ ਹਰ ਦੁੱਖ ਦੇ ਵਿੱਚ ਅਕਸੀਰ ਵਰਗੀ। ਘਰ ਪਹੁੰਚਦੇ ਸਾਰ ਚਿਹਰੇ ਦੀ ਉਦਾਸੀ ਤੇ ਦਿਲ ਦੀ ਪੀੜਾ ਤੁਸੀਂ ਲੱਖ ਛੁਪਾ ਲਓ, ਪਰ ਮਾਂ ਇਹਨੂੰ ਪੜ੍ਹ ਲੈਂਦੀ ਹੈ। ਤੁਸੀਂ ਜਿੰਨੀ ਮਰਜ਼ੀ ਉਦਾਸੀ ਦੇ ਵਿੱਚ ਘਰ ਆਓ, ਤੁਸੀਂ ਜਿੰਨਾ ਮਰਜ਼ੀ ਕੁਝ ਛੁਪਾ ਲਵੋ, ਤੁਸੀਂ ਕਿੰਨਾ ਕੁਝ ਮਰਜ਼ੀ ਲੁਕੋ ਲਵੋ, ਮਾਂ ਤੁਹਾਡੇ ਮੱਥੇ ਨੂੰ ਪੜ੍ਹ ਕੇ, ਤੁਹਾਡੇ ਨੈਣਾਂ ਨੂੰ ਦੇਖ ਕੇ, ਤੁਹਾਡੇ ਚਿਹਰੇ ਨੂੰ ਭਾਂਪ ਕੇ ਪੜ੍ਹ ਲਵੇਗੀ ਕਿ ਮੇਰਾ ਪੁੱਤ ਅੱਜ ਕਿਹੜੀ ਗੱਲੋਂ ਉਦਾਸ ਹੈ, ਮੇਰੀ ਧੀ ਕਿਹੜੀ ਗੱਲੋਂ ਉਦਾਸ ਆ, ਇਸ ਨੂੰ ਕੀ ਹੋ ਗਿਆ, ਕਿਉਂਕਿ ਮਾਂ ਸਾਰਾ ਕੁਝ ਇੱਕ ਨਜ਼ਰ ਵਿੱਚ ਪੜ੍ਹ ਜਾਂਦੀ ਹੈ। ਤੇ ਪਤਾ ਗਿਆਨ ਦੀ ਇਸ ਜਿਹੜੀ ਬ੍ਰਾਂਚ, ਇਹਨੂੰ ਕੀ ਕਹਿੰਦੇ ਨੇ, ਇਹ ਪਿਆਰ ਪੈਥੀ ਹੈ, ਇਹ ਮਾਂ ਦੀ ਮਮਤਾ ਪੈਥੀ ਹੈ, ਇਹ ਮਾਂ ਦਾ ਜਿਹੜਾ ਲਗਾਵ ਹੈ ਇਹ ਉਹ ਪੈਥੀ ਆ, ਤੇ ਮਾਂ ਹੀ ਪੜ੍ਹ ਸਕਦੀ ਆ, ਹੋਰ ਕੋਈ ਤੁਹਾਨੂੰ ਇਸ ਰੂਪ ਵਿੱਚ ਨਹੀਂ ਪੜ੍ਹ ਸਕਦਾ। ਆਪਣੇ ਪਿਆਰ ਨਾਲ ਸਿੰਜੇ ਬੂਟੇ ਦੇ ਪੱਤੇ ਪੱਤੇ ਦੀ ਸਮਝ ਹੁੰਦੀ ਹੈ ਮਾਂ ਨੂੰ। ਹੈ ਕੋਈ ਮਾਂ ਦੇ ਪਿਆਰ ਤੋਂ ਉੱਪਰ ਉਪਚਾਰ? ਬਿਲਕੁਲ ਨਹੀਂ। ਮੈਂ ਤਾਂ ਕਹਿਣਾ ਹੁੰਦਾ, ਮਾਂ ਤੇਰੇ ਚਰਨਾਂ ਚ ਮੇਰੀ ਥਾਂ, ਮਾਂ ਤੈਨੂੰ ਲੱਖ ਲੱਖ ਮੇਰਾ ਸਜਦਾ, ਮਾਂ ਤੈਨੂੰ ਸਲਾਮ, ਮਾਂ ਤੈਨੂੰ ਚਰਨ ਵੰਦਨਾ। ਦੋਸਤੋ, ਇਹ ਸੱਚਮੁੱਚ ਯਕੀਨੀ ਹੈ, ਇਹ ਸੱਚਮੁੱਚ ਇੱਕ ਪ੍ਰਵਾਨਿਤ ਸੱਚਾਈ ਹੈ ਕਿ ਮਾਂ ਤੋਂ ਉੱਤੇ ਦੁਨੀਆਂ ਵਿੱਚ ਕੁਝ ਨਹੀਂ। ਮਾਂ ਹੈ ਤਾਂ ਘਰ ਹੈ। ਕਿਸੇ ਨੇ ਕਿਹਾ ਸੀ ਕਿ ਘਰ ਕੀ ਹੈ ਮਾਂ ਤੋਂ ਬਿਨਾਂ, ਕਦੇ ਕਲਪਨਾ ਕਰਕੇ ਦੇਖੋ। ਜਿਸ ਘਰ ਚ ਮਾਂ ਨਹੀਂ, ਜਾਂ ਜਿਹਨਾਂ ਵਿਚਾਰਿਆਂ ਦੀ ਮਾਂ ਰੁੱਸ ਜਾਂਦੀ ਹੈ, ਮਾਂ ਤੁਰ ਜਾਂਦੀ ਹੈ, ਮਾਂ ਛੱਡ ਜਾਂਦੀ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਮਾਂ ਦਾ ਦਰਦ ਕੀ ਹੈ। ਮੈਂ ਇੱਕ ਵਾਰੀ ਘਰ ਪਰਿਵਾਰ ਨਾਮ ਦਾ ਆਰਟੀਕਲ ਲਿਖਿਆ, ਉਹਦੀ ਸ਼ੁਰੂਆਤ ਹੀ ਇੱਥੋਂ ਹੋਈ ਕਿ ਮਾਂ ਠੰਡੀ ਮਿੱਠੀ ਛਾਂ ਤੇ ਪਿਓ ਬੂਰੀ ਮਹਿੰਦਾ ਘਿਓ। ਮਾਂ ਸਬਕ ਸਿਖਾਉਂਦੀ ਆ, ਡਿੱਗੇ ਨੂੰ ਉਠਾਉਂਦੀ ਆ, ਬੋਚ ਬੋਚ ਕੇ ਪੱਬ ਧਰਨ ਦਾ ਸਲੀਕਾ ਸਿਖਾਉਂਦੀ ਆ, ਮੁਹੱਬਤ ਦਿੰਦੀ ਆ, ਲਾਡ ਕਰਦੀ ਆ, ਪਿਆਰ ਕਰਦੀ ਆ ਤੇ ਪਿਆਰ ਨਾਲ ਸਰਸ਼ਾਰ ਕਰਦੀ ਆ। ਤੇ ਪਿਓ ਦੂਜੇ ਪਾਸੇ ਸਬਕ ਪੜ੍ਹਾਉਂਦਾ, ਜ਼ਿੰਦਗੀ ਦੀਆਂ ਦਿੱਕਤਾਂ ਦੁਸ਼ਵਾਰੀਆਂ ਔਕੜਾਂ ਨਾਲ ਨਿਭਣਦਾ, ਤੇ ਪਿਓ ਕਹਿੰਦਾ, ਚੱਲ ਉੱਠ ਮੇਰਾ ਸ਼ੇਰ ਬਣ, ਉੱਠ ਵੱਧ ਅੱਗੇ, ਅੱਗੇ ਨੂੰ ਚੱਲ, ਡਿੱਗ ਡਿੱਗ ਕੇ ਸਵਾਰ ਹੁੰਦੇ ਆ। ਮਾਂ ਮੁਹੱਬਤ ਦਾ ਸਾਗਰ ਹੁੰਦੀ ਆ, ਮਾਂ ਮੁਹੱਬਤ ਦਾ ਸੋਮਾ ਹੁੰਦੀ ਆ, ਮਾਂ ਉਹ ਲਗਾਤਾਰ ਮੁਹੱਬਤ ਦਾ ਵਹਿੰਦਾ ਹੋਇਆ ਦਰਿਆ ਹੁੰਦੀ ਆ, ਜਿਹੜਾ ਹਰ ਪਲ ਹਰ ਘੜੀ ਹਰ ਸਮੇਂ ਹਰ ਦਿਨ ਹਰ ਰਾਤ ਸਾਡੇ ਨਾਲ ਹੁੰਦਾ, ਸਾਨੂੰ ਇੱਕ ਧਰਵਾਸ ਦਿੰਦਾ ਰਹਿੰਦਾ। ਡਾਕਟਰ ਐਸ ਪੀ ਸਿੰਘ ਜੀ ਗੱਲ ਕਰ ਰਹੇ ਸੀ ਸੱਸ ਦੀ, ਤਾਂ ਮੈਨੂੰ ਚਾਣਕਿਆ ਦੀ ਕਹੀ ਗੱਲ ਯਾਦ। ਚਾਣਕਿਆ ਨੇ ਕਿਹਾ ਸੀ ਆਪਣੀ ਚਾਣਕਿਆ ਨੀਤੀ ਦੇ ਵਿੱਚ ਕਿ ਤੁਹਾਡੇ ਰਾਜੇ ਦੀ ਪਤਨੀ, ਤੁਹਾਡੇ ਗੁਰੂ ਦੀ ਪਤਨੀ, ਤੁਹਾਡੀ ਸੱਸ ਤੇ ਤੁਹਾਡੀ ਆਪਣੀ ਮਾਂ, ਸਾਰੀਆਂ ਮਾਂ ਸਮਾਨ ਹਨ। ਸਾਰਿਆਂ ਨੂੰ ਮਾਵਾਂ ਦਾ ਸਤਿਕਾਰ ਦੇਣਾ ਬਣਦਾ ਹੈ। ਮਾਂ ਦਾ ਸਤਿਕਾਰ ਕਰਕੇ ਅਸੀਂ ਕੋਈ ਪਰਉਪਕਾਰ ਕਰ ਰਹੇ ਹਾਂ? ਅਰੇ ਬਾਈ, ਬਿਲਕੁਲ ਨਹੀਂ। ਮਾਂ ਦਾ ਦੇਣਾ ਦਿੱਤਾ ਹੀ ਨਹੀਂ ਜਾ ਸਕਦਾ। ਜੇ ਲੱਖ ਜਨਮ ਵੀ ਮਿਲ ਜਾਣ ਤਾਂ ਮਾਂ ਦਾ ਦੇਣਾ ਦਿੱਤਾ ਨਹੀਂ ਜਾ ਸਕਦਾ। ਮੈਡਮ ਸੋਹਲ ਜਿਸ ਤਰ੍ਹਾਂ ਗੱਲ ਕਰ ਰਹੀ ਸੀ ਕਿ ਮਾਂ 9 ਮਹੀਨੇ ਪਹਿਲਾਂ ਬੱਚੇ ਨੂੰ ਜਾਣ ਜਾਂਦੀ, ਤੇ ਸਭ ਤੋਂ ਵੱਡਾ ਪਵਿੱਤਰ ਰਿਸ਼ਤਾ
ਮਾਂ ਨਾਲ ਹੀ ਹੁੰਦਾ ਤੇ ਉਹ ਨਾੜੂਗਾ ਮਾਂ ਨਾਲ ਜਿਹੜਾ ਅੰਦਰ ਜੁੜਿਆ ਹੁੰਦਾ ਬੱਚੇ ਦਾ ਨਾੜੂਗਾ ਮਾਂ ਨਾਲ ਉਹ ਕੱਟ ਕੇ ਉਹ ਨਾੜੂਗਾ ਕੱਟਿਆ ਨਹੀਂ ਜਾਂਦਾ ਉਹ ਧਾਗਾ ਬੰਨ ਕੇ ਉਹ ਅੰਦਰੋਂ ਤਾਂ ਮਾਂ ਦੀ ਕੁੱਖ ਦੇ ਵਿੱਚੋਂ ਮਾਂ ਦੇ ਪਵਿੱਤਰ ਉਸ ਮਖਮਲੀ ਸੰਸਾਰ ਦੇ ਵਿੱਚੋਂ ਬਾਹਰ ਆ ਜਾਂਦਾ ਪਰ ਬਾਹਰ ਆ ਕੇ ਫਿਰ ਉਹ ਮਾਂ ਦੇ ਦੁੱਧ ਨਾਲ ਜੁੜ ਜਾਂਦਾ ਤਾਂਹੀਓ ਸ਼ਿਵ ਬਟਾਲਵੀ ਹੋਰਾਂ ਨੇ ਕਿਤੇ ਲਿਖਿਆ ਕਿ ਮਾਂ ਤੇਰਾ ਤੇਰੇ ਦੁੱਧ ਵਾਂਗੂ ਸੁੱਚਾ ਨਾ ਮਾਂ ਬਹੁਤ ਉੱਚਾ ਸੁੱਚਾ ਜਜ਼ਬਾ ਹੈ ਮਾਂ ਬਹੁਤ ਉੱਚੀ ਸੁੱਚੀ ਅਵਸਥਾ ਹੈ ਮਾਂ ਉਹ ਕਲਪਨਾ ਹੈ ਜਿਸ ਦੇ ਵਿੱਚ ਜਦੋਂ ਬੰਦਾ ਜਾਂਦਾ ਤਾਂ ਐ ਲੱਗਦਾ ਜਿਵੇਂ ਦੁਨੀਆਂ ਦੀ ਸਭ ਤੋਂ ਆਨੰਦਮਈ ਅਵਸਥਾ ਦੇ ਵਿੱਚ ਪਹੁੰਚ ਜਾਈਏ। ਦੋਸਤੋ ਪ੍ਰੋਫੈਸਰ ਮੋਹਨ ਸਿੰਘ ਵਾਲੀਆਂ ਜਿਹੜੀਆਂ ਸਤਰਾਂ ਨੇ ਨਾ ਉਹ ਐਸਾ ਕਮਾਲ ਦਾ ਵਰਣਨ ਕਰਦੇ ਆ। ਡਾਕਟਰ ਸ਼ਰਨਜੀਤ ਨੇ ਜਿਵੇਂ ਸੁਣਾਈਆਂ ਸੀ ਮਾਂ ਜਿਹਾ ਕੜਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਮੁਰਝਾਉਂਦੇ ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾ। ਉਫ ਜਦੋਂ ਮਾਂ ਦਾ ਕੋਈ ਪੁੱਤਰ ਮਾਂ ਦੇ ਬੈਠਿਆਂ ਤੁਰ ਜਾਂਦਾ ਤਾਂ ਫਿਰ ਜਿਹੜੀ ਮਾਂ ਦੀ ਦਸ਼ਾ ਹੁੰਦੀ ਆ ਫਿਰ ਜਿਹੜਾ ਮਾਂ ਦਾ ਦਰਦ ਹੁੰਦਾ ਫਿਰ ਜਿਹੜੀ ਮਾਂ ਦੀ ਤਕਲੀਫ ਹੁੰਦੀ ਆ ਫਿਰ ਜਿਹੜੇ ਮਾਂ ਦੇ ਦੁੱਖੜੇ ਹੁੰਦੇ ਨੇ ਉਹ ਮਾਂ ਹੀ ਜਾਣਦੀ ਆ ਉਹ ਮਾਂ ਹੀ ਜਾਣਦੀ ਆ ਕਿਉਂਕਿ ਜਦੋਂ ਉਸਦੇ ਫੁੱਲ ਮੁਰਝਾ ਜਾਂਦੇ ਨੇ ਜਦੋਂ ਉਸਦੇ ਫੁੱਲ ਨੂੰ ਕੋਈ ਸੱਟ ਲੱਗਦੀ ਆ। ਬਾਬੂ ਫਿਰੋਜ਼ਦੀਨ ਸ਼ਰਫ ਦੀ ਕਵਿਤਾ ਮਾਂ ਦਾ ਦਿਲ ਤੁਸੀਂ ਸਾਰਿਆਂ ਨੇ ਪੜ੍ਹੀ ਹੋਣੀ ਆ ਸੁਣੀ ਹੋਣੀ ਆ ਜਿਹਦਾ ਜਿਹਦਾ ਟੱਚ ਜਿਹੜੀ ਹੈ ਜਿਹਦਾ ਸੀਰਸ਼ਕ ਜਿਹੜਾ ਹੈ ਜਦੋਂ ਮਾਂ ਦਾ ਦਿਲ ਆਪਣੀ ਪ੍ਰੇਮਿਕਾ ਲਈ ਉਹ ਕੱਢ ਕੇ ਲਿਜਾਂਦਾ ਤੇ ਔਕੜ ਕੇ ਡਿੱਗਦਾ ਤੇ ਡਿੱਗੇ ਹੋਏ ਦਿਲ ਦੇ ਵਿੱਚੋਂ ਆਵਾਜ਼ ਨਿਕਲਦੀ ਆ ਪੁੱਤ ਕਿਤੇ ਸੱਟ ਤਾਂ ਨੀ ਵੱਜੀ। ਦੋਸਤੋ ਇਹ ਮਾਂ ਹੁੰਦੀ ਹੈ ਇਹ ਮਾਂ ਹੁੰਦੀ ਆ ਜੋ ਰੱਬ ਦਾ ਦੂਜਾ ਨਾਂ ਹੁੰਦੀ ਆ। ਮੈਂ ਤਾਂ ਇੱਥੋਂ ਤੱਕ ਵੀ ਲਿਖਿਆ ਸੀ ਕਿ ਜਦ ਰੱਬ ਨਹੀਂ ਹੁੰਦਾ ਮਾਂ ਹੁੰਦੀ ਮਾਂ ਰੱਬ ਦਾ ਦੂਜਾ ਨਾਂ ਹੁੰਦੀ ਜਦ ਰੱਬ ਨਹੀਂ ਹੁੰਦਾ ਮਾਂ ਹੁੰਦੀ ਮਾਂ ਮਿਸ਼ਰੀ ਦੀ ਤਸੀਰ ਜਹੀ ਮਾਂ ਹਰ ਦੁੱਖ ਵਿੱਚ ਅਕਸੀਰ ਜਹੀ ਮਾਂ ਫੁੱਲਾਂ ਦੀ ਰਖਵਾਲੀ ਹੈ ਮਾਂ ਚਮਨ ਸਾਰੇ ਦੀ ਮਾਲੀ ਹੈ। ਮਾਂ ਲਈ 50 ਸਾਲ ਦਾ ਮੁੰਡਾ ਮਾਂ ਲਈ 70 ਸਾਲ ਦਾ ਜਵਾਕ ਮਾਂ ਲਈ 65 ਸਾਲ ਦੀ ਧੀ ਉਹ ਸੱਚਮੁੱਚ ਉਹਦੇ ਬੱਚੇ ਹੁੰਦੇ ਨੇ। ਤੇ ਜਦੋਂ ਪੇਕੇ ਕੁੜੀਆਂ ਜਾਂਦੀਆਂ ਨੇ ਮੈਂ ਆਪਣੀ ਮਿਸਿਸ ਦੇ ਨਾਲ ਜਦੋਂ ਕਈ ਵਾਰੀ ਐਨਾਲਿਸਿਸ ਕਰਦਾ ਕਿ 50 ਸਾਲ ਦੀ ਉਮਰ ਦੇ ਵਿੱਚ 55 ਸਾਲ ਦੀ ਉਮਰ ਦੇ ਵਿੱਚ 60 ਸਾਲ ਦੀ ਉਮਰ ਦੇ ਵਿੱਚ ਵੀ ਜਾ ਕੇ ਉਹ ਫੀਲਿੰਗ ਉਹ ਅਹਿਸਾਸ ਸੱਚਮੁੱਚ ਉਹ ਮਾਂ ਨਾਲ ਹੀ ਅਹਿਸਾਸ ਹੈ ਉਹ ਮਾਂ ਨਾਲ ਹੀ ਜੁੜਿਆ ਅਹਿਸਾਸ ਹੈ। ਅਸੀਂ ਕੱਲ ਮਾਂ ਦਿਵਸ ਦੇ ਉੱਤੇ ਸਾਡੇ ਪਰਿਵਾਰ ਦੇ 14-15 ਮੈਂਬਰਾਂ ਨੇ ਵੱਖ ਵੱਖ ਚੀਜ਼ਾਂ ਵਿਚਾਰ ਕਵਿਤਾਵਾਂ ਗੀਤਾਂ ਨਾਲ ਇੱਕ ਛੋਟੀ ਜਿਹੀ 7 ਮਿੰਟ ਦੀ ਡਾਕੂਮੈਂਟਰੀ ਬਣਾਈ ਜੋ ਅਸੀਂ ਆਪਦੇ ਸਿਰਜਣਾ ਟੀਵੀ ਵੈਬ ਚੈਨਲ ਤੇ ਪਾਈ ਤੇ ਉਹਦੇ ਵਿੱਚ ਜਿਹੜੀ ਮੈਨੂੰ ਸਭ ਤੋਂ ਖੂਬਸੂਰਤ ਗੱਲ ਲੱਗੀ ਅਸੀਂ ਸਾਰਿਆਂ ਨੇ ਲੰਬਾ ਚੌੜਾ ਬੋਲਿਆ ਕਿਸੇ ਨੇ 2 ਮਿੰਟ ਬੋਲਤਾ ਕਿਸੇ ਨੇ 1.5 ਮਿੰਟ ਬੋਲਤਾ ਮੇਰੀ ਪੋਤਰੀ ਇਲਾਹੀ ਨੇ ਫ੍ਰੈਕਸ਼ਨ ਆਫ ਸੈਕਿੰਡ ਚ ਇੱਕੋ ਸ਼ਬਦ ਬੋਲਿਆ ਤੇ ਮੈਨੂੰ ਉਹ ਸਾਰੀ ਫਿਲਮ ਦਾ ਜਿਹੜਾ ਅਸੀਂ ਸਿਖਰ ਹੋ ਦੇਖਿਆ ਉਹਨੇ ਸ਼ਬਦ ਬੋਲਿਆ ਮਾਂ ਤੇ ਬਸ ਸਾਰਾ ਕੁਝ ਪੂਰਾ ਹੋ ਗਿਆ। ਜਦੋਂ ਮਾਂ ਦਾ ਨਾਂ ਆ ਗਿਆ ਮਾਂ ਦੇ ਨਾਂ ਵਿੱਚ ਹੀ ਸਾਰਾ ਕੁਝ ਪੂਰਾ ਹੋ ਗਿਆ। ਮਾਂ ਦੀ ਪਰਿਭਾਸ਼ਾ ਦਿੱਤੀ ਨਹੀਂ ਜਾ ਸਕਦੀ ਮਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਨਹੀਂ ਜਾ ਸਕਦਾ ਮਾਂ ਨੂੰ ਕਿਸੇ ਵੀ ਇੱਕ ਲਿਮਿਟ ਦੇ ਵਿੱਚ ਫਿਕਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਾਂ ਦਾ ਪਿਆਰ ਮਾਂ ਦੀ ਮਮਤਾ ਮਾਂ ਦਾ ਸੁਨੇਹ ਮਾਂ ਦੀ ਪ੍ਰਤੀਬੱਧਤਾ ਮਾਂ ਦਾ ਲਗਾਵ ਬੇਅੰਤ ਹੈ ਅਨੰਤ ਹੈ ਤੇ ਇਹ ਪਾਰ ਬ੍ਰਹਮ ਤੱਕ ਜਾਂਦਾ ਹੈ। ਮਾਂ ਦੀ ਆਵਾਜ਼ ਮਾਂ ਦੀ ਅਸੀਸ ਪਾਰ ਬ੍ਰਹਮ ਤੱਕ ਜਾਂਦੀ ਹੈ। ਮੈਨੂੰ ਯਾਦ ਆਉਂਦੀ ਹੈ ਮੇਰੀ ਦਾਦੀ ਮਾਂ ਜਿਹੜੀ ਜਦੋਂ ਅਸੀਸਾਂ ਦਿੰਦੀ ਸੀ ਮੈਂ ਸੋਚਦਾ ਇਹ ਅਸੀਸਾਂ ਮਾਂ ਦੇ ਦਿਲ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਨੇ। ਉਹ ਜਦੋਂ ਬੋਲਦੀ ਮੇਰੀ ਮਾਂ ਮੇਰੀ ਦਾਦੀ ਦੀ ਜਦੋਂ ਕਿਤੇ ਸੇਵਾ ਕਰਦੀ ਤਾਂ ਜਿਹੜੀ ਅਸੀਸ ਆਉਂਦੀ ਸੀ ਬੁੱਢ ਸੁਹਾਗਣ ਹੋਵੇ ਤੇਰਾ ਟੱਬਰ ਕੌੜ ਤੂਨੇ ਦੀ ਵੇਲ ਵਾਂਗੂ ਵਧੇ ਤੈਨੂੰ ਆ ਸੁੱਖ ਲੱਗਣ ਭਾਗ ਲੱਗਣ ਤੇਰੇ ਘਰੇ ਰੰਗ ਭਾਗ ਲੱਗਣ। ਤੇ ਮੈਂ ਸੋਚਦਾ ਇਹ ਮਾਂ ਦੀਆਂ ਅਸੀਸਾਂ ਨੇ ਇਹ ਉਸ ਦਾਦੀ ਮਾਂ ਦੀਆਂ ਦੁਆਵਾਂ ਨੇ ਇਹ ਮੇਰੀ ਮਾਂ ਦੀ ਸੇਵਾ ਹੈ ਇਹ ਮੇਰੀ ਪਤਨੀ ਦੀ ਜਿਹੜੀ ਪਵਿੱਤਰ ਜ਼ਿੰਮੇਵਾਰੀ ਨੂੰ ਅਦਾ ਕਰਨ ਦਾ ਤਰੀਕਾ ਹੈ ਇਹ ਮੇਰੀ ਨੂੰਹ ਰਾਣੀ ਦੀ ਕਮਿਟਮੈਂਟ ਹੈ ਮੇਰੇ ਬੇਟੇ ਬੇਟੀਆਂ ਮੇਰੇ ਚਾਚੇ ਤਾਈਆਂ ਚਾਚੀਆਂ ਸਾਰਿਆਂ ਦਾ ਇੱਕ ਇਹੋ ਜਿਹਾ ਪ੍ਰੇਮ ਹੈ ਇੱਕ ਪਿਆਰ ਹੈ ਇੱਕ ਕਲਪਨਾ ਹੈ ਕਿ ਉਹ ਮਾਂ ਦੀਆਂ ਅਸੀਸਾਂ ਨਾਲ ਸਾਰੇ ਪਾਸੇ ਰੰਗ ਭਾਗ ਲੱਗ ਪਏ ਤੇ ਮਾਂ ਦੀਆਂ ਦੁਆਵਾਂ ਭਾਗਾਂ ਵਾਲਿਆਂ ਨੂੰ ਮਿਲਦੀਆਂ।
मां दियां असीसां भागां वालियां नूं मिलदियां ने। मां मोह करे, मां प्यार करे, मां तुहानूं सरशार करे, तां इह जीवन दी सब तो वड्डी प्राप्ति है। तां इस प्राप्ति अगे बाकी सब कुछ फिक्का पै जांदा, बाकी सब कुछ हौला पै जांदा। बंदे दी थकावट, बंदे दा सारी उदासी मां दे कोले बैठ के, मां दी गोद विच बैठ के, मां दे चरणा विच बैठ के, मां दा निग मान के एक पल विच दूर हो जांदी है। मेरी एक कविता है, मां ममता लाड प्यार बुकल दा निग, तू सचमुच अजिहा ही है यार, किधर फिरदे रहे फिर तेनू भाल, घर ही भरिया पिया सी लड्डुआं दा थाल, तेरे चरणा च नमस्कार, ओ मां वंडदी रह प्रसाद ता उमर, ते तेरे नाल ही ये कोठड़ी हो गई है धर्म द्वार, वंडिया जांदा जिथे सिर्फ प्यार प्यार, उस प्यार नू मेरा लख लख नमस्कार, और सारिया जगत दियां मावां नू मेरा लख लख नमस्कार सजदा। ते मैं होर कोई बहुतियां गल्लां ना करदा होया खिमा दा जाचक हां, तुहाडा धन्नवाद करदा और सारिया मावां नू नमस्कार करदा और अरदास करदा कि हे वाहिगुरु सारिया मावां नू, उहनां दे बाल बच्चियां नू, उहनां दे परिवारां नू जो ये संकट की घड़ी लंघ रही है ये विच सलामत रख और इस तो सानू निजात दवा। आप सब का बहुत बहुत धन्यवाद। वाहिगुरु जी का खालसा, वाहिगुरु जी की फतेह। भुला चुकां दी खिमा।